ਸਰਦਾਰ ਬਲਵਿੰਦਰ ਸਿੰਘ ਜੀ ਅੱਜ ਸਾਡੇ ਕੋਲ ਆਏ ਨੇਗੇ ਕਿ ਪਿਛਲੇ ਕਾਫੀ ਸਮੇਂ ਤੋਂ ਫਲਵੈਰੀ ਤੋਂ ਪੀੜਿਤ ਸੀਗੇ। ਇੱਕ ਮਹੀਨਾ ਪਹਿਲਾਂ ਆਏ ਸੀਗੇ ਔਰ ਉਸ ਟਾਈਮ ਉਹਨਾਂ ਦੀਆਂ ਇਹ ਫੋਟੋਆਂ ਵੀ ਖਿੱਚ ਕੇ ਰੱਖ ਲਈਆਂ ਸੀਗੀਆਂ। ਟ੍ਰੀਟਮੈਂਟ ਕੀਤਾ ਅਤੇ ਤਕਰੀਬਨ ਬਈ 30% ਇੱਕ ਮਹੀਨੇ ਦੇ ਵਿੱਚ ਫਰਕ ਪੈ ਚੁੱਕਿਆ ਹੈਗਾ। ਬਲਵਿੰਦਰ ਸਿੰਘ ਜੀ ਕਿੰਨਾ ਟਾਈਮ ਹੋ ਗਿਆ ਸੀਗਾ ਇਸ ਪੀੜ ਤੋਂ, ਤੁਹਾਨੂੰ ਇਸ ਬਿਮਾਰੀ ਤੋਂ ਪੀੜਤ ਸੀਗੇ ਕਿੰਨਾ ਟਾਈਮ ਸੀਗਾ? 30-35 ਸਾਲ। 30-35 ਸਾਲ ਹੋ ਗਏ। ਕਿੰਨੀਆਂ ਦਵਾਈਆਂ ਲਈਆਂ ਨੇਗੀਆਂ? ਦਵਾਈ ਤਾਂ ਬਹੁਤ ਲਿੱਤੀ ਹੈ। ਕਦੇ ਫਰਕ ਪਿਆ ਨਹੀਂ? ਕਿੰਨਾ ਟਾਈਮ ਤੋਂ ਅਸੀਂ ਦਵਾਈਆਂ ਖਾਧੀਆਂ ਨੇਗੀਆਂ ਜੀ? ਇਹਨਾਂ ਦੀ ਦੋਸਤ ਇੱਕ ਵੀਡੀਓ ਵੀ ਸੀਗੀ, ਮੈਂ ਇਹਨਾਂ ਨੇ ਥੈਰੇਪੀ ਦੀ ਮੈਨੂੰ ਭੇਜੀ ਸੀਗੀ ਅਤੇ ਉਹ ਵੀਡੀਓ ਮੈਂ ਇਸ ਪੇਜ 'ਤੇ ਪਾਈ ਸੀਗੀ ਅਤੇ ਉਹਦੇ ਵਿੱਚ ਥੈਰੇਪੀ ਵੀ ਦਿੱਤੀ ਸੀਗੀ ਉਹਨਾਂ ਨੂੰ। ਉਹਨੇ ਵੀ ਬਹੁਤ ਵਧੀਆ ਰਿਜ਼ਲਟ ਦਿੱਤੇ ਨੇਗੇ। ਮੈਡੀਸਨ ਵੀ ਦਿੰਦੇ ਰਹਿੰਦੇ ਹੈਗੇ ਇਹਨਾਂ ਨੂੰ। ਇੱਕ ਮਹੀਨੇ ਦੀ ਮੈਡੀਸਨ ਨੇ 30% ਇਹਨਾਂ ਦਾ ਰੋਗ ਚੱਕ ਦਿੱਤਾ। ਇਹਨਾਂ ਦੀਆਂ ਹੈਗੀਆਂ ਸੀਗੀਆਂ ਫੋਟੋਆਂ ਮੈਂ ਲਈਆਂ ਸੀਗੀਆਂ ਇੱਕ ਮਹੀਨਾ ਪਹਿਲਾਂ, ਜਦੋਂ ਪਹਿਲਾਂ ਆਏ ਸੀਗੇ ਇੱਕ ਮਹੀਨਾ ਪਹਿਲਾਂ, ਅਤੇ ਇਹ ਫੋਟੋਆਂ ਦੇ ਨਾਲ ਹੁਣ ਮੈਚ ਕੀਤਾ ਗਾ ਅਤੇ ਘੱਟੋ ਘੱਟ ਵੀ 30% ਇਹਨਾਂ ਦੇ ਕਾਫੀ ਫਰਕ ਪੈ ਚੁੱਕਿਆ ਗਾ। ਅਤੇ ਦੂਸਰੀ ਇਹ ਵੀਡੀਓ ਵੀ ਇਹਨਾਂ ਨੇ ਭੇਜੀ ਸੀਗੀ ਮੈਨੂੰ ਥੈਰੇਪੀ ਦੀ, ਆਹ ਕਰਦੇ ਨੇਗੇ। ਇਸ ਤਰ੍ਹਾਂ ਦੀ ਵੀਡੀਓ ਮੈਂ ਇਸ ਪੇਜ ਦੇ ਉੱਤੇ ਪਾਈ ਹੋਈ ਹੈਗੀ ਅਤੇ ਇਹ ਚੀਜ਼ ਨੇ ਇਹਨੂੰ ਬਹੁਤ ਫਰਕ ਪਾਇਆ ਗਿਆ ਇਹਨਾਂ ਨੂੰ, ਇਹ ਚੀਜ਼ ਨੇ। ਇਹਦੇ ਵਿੱਚ ਮੈਡੀਸਨ ਪਾਈਆਂ ਸੀਗੀਆਂ ਅਤੇ ਹੋਰ ਵੀ ਬਹੁਤ ਕੁਛ ਪਾਇਆ ਸੀਗਾ ਇਹਨਾਂ ਨੇ। ਘੱਟੋ ਘੱਟ ਵੀ 1.5-2 ਘੰਟੇ ਕੀਤੀ ਸੀਗੀ ਥੈਰੇਪੀ। ਕਿੰਨਾ ਟਾਈਮ ਕੀਤੀ ਸੀਗੀ? 4 ਘੰਟੇ ਵਾਂਗੂ ਲੱਗ ਗਏ। 4 ਘੰਟੇ ਫ੍ਰੀ ਹੋ ਕੇ ਬੈਠ ਗਏ ਲਗਾਤਾਰ 4 ਘੰਟੇ ਅਤੇ ਉਹ ਚੀਜ਼ ਨੇ ਇਹਨਾਂ ਨੂੰ ਕਾਫੀ ਜ਼ਿਆਦਾ ਫਰਕ ਪਾਇਆ ਸੀਗਾ ਅਤੇ ਬਹੁਤ ਜ਼ਿਆਦਾ ਠੀਕ ਨੇ। ਅਤੇ ਹੋਰ ਵੀ ਕਿਸੇ ਨੂੰ ਪ੍ਰੋਬਲਮ ਹੈਗੀ ਹੈਗੀ ਇਸ ਫਲਵੈਰੀ ਤੋਂ ਪੀੜਿਤ ਹੈਗਾ ਗਾ ਤਾਂ ਉਹ ਟ੍ਰੀਟ ਕਰ ਸਕਦਾ ਗਾ। ਕੋਈ ਜ਼ਿਆਦਾ ਮਹਿੰਗੀ ਮੈਡੀਸਨ ਨਹੀਂ ਹੈਗੀ, ਲਗਾਤਾਰ ਥੋੜ੍ਹਾ ਟ੍ਰੀਟਮੈਂਟ ਤਾਂ ਜ਼ਰੂਰ ਲੰਬਾ ਹੁੰਦਾ ਗਾ, ਇਹਦਾ ਪਤਾ ਵੀ ਸਲੋ ਲੱਗਦਾ ਗਾ ਕਿਉਂਕਿ ਫੋਟੋ ਖਿੱਚ ਕੇ ਤਾਂ ਹੀ ਰੱਖੀ ਜਾਂਦੀ ਹੈਗੀ ਬਈ ਉਹਨੂੰ ਮੈਚ ਕੀਤਾ ਜਾਵੇ ਇੱਕ ਮਹੀਨੇ ਦੇ ਬਾਅਦ ਵੀ ਕਿੰਨਾ ਕੁ ਟ੍ਰੀਟ ਪੈ ਗਿਆ ਇਹਨੂੰ, ਟ੍ਰੀਟ ਫਰਕ ਕਿੰਨਾ ਪੈ ਚੁੱਕਿਆ ਹੈਗਾ ਅਤੇ ਉਸ ਨਾਲ ਮੈਚ ਕੀਤਾ ਤਾਂ 30% ਇਹਨਾਂ ਨੂੰ ਫਰਕ ਪੈ ਚੁੱਕਿਆ ਹੈਗਾ। ਹੁਣ ਬਹੁਤ ਜ਼ਿਆਦਾ ਠੀਕ ਨੇ, ਟ੍ਰੀਟ ਹੋਰ ਅੱਜ ਹੋਰ ਤੋਂ ਮੈਡੀਸਨ ਲੈਣ ਆਏ ਨੇਗੇ। ਅਤੇ ਧੰਨਵਾਦ ਜੀ ਬਲਵਿੰਦਰ ਸਿੰਘ, ਤੁਸੀਂ ਹੋਰ ਮੈਡੀਸਨ ਖਾਓ ਲਗਾਤਾਰ ਠੀਕ ਹੋ ਜਾਓ। ਦੋਸਤੋ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾਗਾ ਵੀ ਇੱਕ ਮੇਰੀ ਵੀਡੀਓ ਚੱਲ ਰਹੀ ਹੈਗੀ ਪਹਿਲਾਂ ਤੋਂ ਜੋ ਕਿ ਬੂਟੀ ਬਾਰੇ ਹੈਗੀ ਜਿਹੜੀ ਬਜ਼ੁਰਗ ਦੇ ਨਾਲ ਐਸੇ ਪੇਜ 'ਤੇ ਪਈ ਹੋਈ ਹੈਗੀ, ਘੱਟੋ ਘੱਟ 25 ਲੱਖ ਲੋਕਾਂ ਨੇ ਉਹ ਵੀਡੀਓ ਦੇਖ ਲਈ ਹੈਗੀ। ਉਸ ਵਿੱਚ ਬੂਟੀ ਲੋਕ ਇੱਕ ਇੱਕ ਮਹੀਨਾ ਖਾ ਕੇ ਆਪਣੇ ਆਪ ਹੀ ਚੋਣ ਕਰਕੇ, ਗਲਤ ਚੋਣ ਕਰਕੇ ਉਹ ਗਲਤ ਬੂਟੀ ਖਾਈ ਜਾ ਰਹੇ ਨੇ, ਉਹ ਇਹ ਬੂਟੀ ਹੈਗੀ। ਇਹਨੂੰ ਹਜ਼ਾਰ ਦੰਡ ਅਤੇ ਛੋਟੀ ਤੁਦੀਆਂ ਕਹਿੰਦੇ ਨੇਗੇ। ਲੋਕ ਗਲਤ ਬੂਟੀ ਖਾ ਕੇ ਉਹਦਾ ਨੁਕਸਾਨ ਕਰੀ ਜਾ ਰਹੇ ਨੇਗੇ ਆਪਣੀ ਬੋਡੀ ਦਾ ਅਤੇ ਉਹਦਾ ਸਾਈਡ ਇਫੈਕਟ ਲਈ ਜਾ ਰਹੇ ਨੇਗੇ। ਇਸੇ ਤਰ੍ਹਾਂ ਦੀ ਹਿਲੜਾ ਬੂਟੀ ਆਉਂਦੀ ਹੈਗੀ, ਉਹ ਖਾ ਖਾ ਕੇ ਉਹਦੀ ਗਰਮੈਸ਼ ਲਈ ਜਾਂਦੇ ਨੇ। ਇਹ ਬਿਲਕੁਲ ਠੰਡੀ ਤਸੀਰ ਦੀ ਬੂਟੀ ਹੈਗੀ। ਇਹ ਬੂਟੀ 'ਤੇ ਮਾੜਾ ਕੈਮਰਾ ਲਗਾਇਓ, ਇਹ ਵਾਲੀ ਹੈਗੀ ਬੂਟੀ। ਅਤੇ ਸੋ ਇਹ ਬੂਟੀ ਨਾ ਖਾਓ, ਜਿਹੜੀ ਤੁਸੀਂ ਗਲਤ ਬੂਟੀ ਹੈ ਪੂਰੀ ਤਸੱਲੀ ਨਾਲ ਪਤਾ ਕਰਕੇ ਫਿਰ ਬੂਟੀ ਖਾਓ ਵੀ ਇਹ ਕਿਸ ਤਰ੍ਹਾਂ ਦੀ ਹੈਗੀ। ਨਹੀਂ ਪਤਾ ਲੱਗਦਾ ਤਾਂ ਮੇਰੇ ਵਟਸਐਪ 'ਤੇ ਨੰਬਰ 'ਤੇ ਉਹ ਬੂਟੀ ਪਾ ਦਵੋ ਜਿਹੜੀ ਤੁਹਾਡੇ ਕੋਲ ਹੈਗੀ, ਅਤੇ ਉੱਥੇ ਪਤਾ ਲੱਗ ਜੂਗਾ ਇਹ ਬੂਟੀ ਠੀਕ ਹੈ ਜਾਂ ਨਹੀਂ ਠੀਕ। ਗਲਤ ਬੂਟੀ ਦੀ ਚੋਣ ਕਰਕੇ ਆਪਣੇ ਆਪ ਹੀ ਗਲਤ ਬੂਟੀ ਨਾ ਖਾਵੋ, ਉਹਦਾ ਨੁਕਸਾਨ ਬਹੁਤ ਜ਼ਿਆਦਾ ਹੈਗਾ ਹੋਰ ਬੂਟੀਆਂ ਦਾ। ਇਹਦੀ ਤਸੀਰ ਬਿਲਕੁਲ ਠੰਡੀ ਹੈਗੀ, ਨੁਕਸਾਨ ਨਹੀਂ ਕਰਦੀ ਹੈਗੀ। ਅਤੇ ਹੋਰ ਕਿਸੇ ਕਿਸਮ ਦੀ ਕੋਈ ਵੀ ਗੱਲ ਬਾਤ ਕਰਨੀ ਹੈ ਤਾਂ ਮੇਰਾ ਵਟਸਐਪ ਨੰਬਰ ਨਾਲ ਦਿੱਤਾ ਗਿਆ ਹੈਗਾ ਅਤੇ ਉਸ 'ਤੇ ਤੁਸੀਂ ਹੈਲੋ ਹਾਏ ਕਰ ਸਕਦੇ ਹੋ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।